ਤੁਹਾਡਾ? ਮੇਰਾ ਨਾਮ ਜਸਮੀਤ ਸਿੰਘ ਹੈ ਜੀ। ਤੁਸੀਂ ਸਮਾਜ ਸੇਵੀ ਹੋ? ਸਮਾਜ ਸੇਵੀ ਲਾ ਲਓ ਜਾਂ ਇੱਕ ਉੱਦਾਂ, ਮੈਂ ਤਾਂ ਇੱਥੇ ਕਿਸੇ ਦੀ ਵੈਸੇ ਹੈਲਪ ਕਰਨ ਆਇਆ ਸੀਗਾ। ਕੀ ਮਾਮਲਾ ਹੋਇਆ ਇੱਥੇ ਸਿਵਲ ਹਸਪਤਾਲ? ਇੱਥੇ ਜੀ ਕੋਈ ਸਾਡਾ ਬੰਦਾ ਸੀਗਾ, ਕਿਸੇ ਨੇ ਮੈਨੂੰ ਦੱਸਿਆ ਉਹਦਾ ਐਕਸੀਡੈਂਟ ਹੋਇਆ ਸੀ 3 ਦਿਨ ਪਹਿਲਾਂ, ਉਹ ਲਵਾਰੀ ਸਵਾਰਡ 'ਚ ਸੀ। ਠੀਕ ਹੈ ਜੀ। ਚਲੋ ਪਰਮਾਤਮਾ ਦੀ ਮਿਹਰ ਨਾਲ ਉਹ ਤਾਂ ਠੀਕ ਸੀ, ਪਰ ਇਹ ਕੀ ਪਤਾ ਸੀ ਵੀ ਅਸੀਂ ਕਿਸੇ ਹੋਰ ਨੂੰ ਪਰਮਾਤਮਾ ਨੇ ਡਿਊਟੀ ਲਾਤੀ ਉੱਥੇ ਦੇਖਣ ਲਈ। ਇੱਥੇ ਕੋਈ ਐਕਸੀਡੈਂਟ ਹੋਇਆ ਸੀਗਾ ਸੁਲਤਾਨਪੁਰ ਲੋਧੀ। ਅੱਛਾ ਜੀ। 2 ਬੱਚੀਆਂ ਸੀ, ਉਹਨਾਂ ਦੀ ਮਦਰ ਸੀ ਅਤੇ ਉਹਨਾਂ ਦਾ ਫਾਦਰ ਸੀ ਜੀ, ਜਿਹੜਾ ਕਿ ਮੌਕੇ 'ਤੇ ਐਕਸੀਡੈਂਟ ਦੇ ਵਿੱਚ ਉਹ ਬੱਚੀਆਂ ਦੇ ਫਾਦਰ ਦੀ ਅਤੇ ਇੱਕ ਛੋਟੀ ਬੱਚੀ ਦੀ 6 ਸਾਲ ਦੀ ਡੈਥ ਹੋ ਗਈ ਜੀ, ਜੋ ਕਿ ਉੱਥੋਂ ਮੌਕੇ 'ਤੇ ਫਾਦਰ ਦੀ ਡੈਥ ਹੋਣ ਤੋਂ ਬਾਅਦ 'ਚ ਪੁਲਿਸ ਨੇ ਉਹਨਾਂ ਨੂੰ ਕੋਈ ਰੈਫਰ ਕੀਤਾ, ਐਂਬੂਲੈਂਸ ਬੁਲਾਈ, ਕਿਸੇ ਨੇ ਉਹਨਾਂ ਨੂੰ ਨਾ ਜੀ ਦੇਖੋ ਸਾਂਭਿਆ ਨਹੀਂ। ਉਹ ਕਿੱਥੋਂ ਚੱਲ ਕੇ ਆਏ ਲੁਧਿਆਣੇ ਇੱਥੇ ਸਿਵਲ 'ਚ, ਰਾਸਤੇ ਦੇ ਵਿੱਚ ਜਲੰਧਰ ਵੀ ਐਡਾ ਵੱਡਾ ਸ਼ਹਿਰ ਹੈ, ਉੱਥੇ ਵੀ ਦੇਖੋ ਇੰਨੇ ਵੱਡੇ ਹੋਸਪਿਟਲ ਆ, ਇੱਥੇ ਕਿਸੇ ਨੇ ਉਹਨਾਂ ਦੀ ਮਤਲਬ ਕਿ ਪੁੱਛਿਆ ਨਹੀਂ ਬੰਦੇ ਦੀ। ਇੰਨੀ ਆਪਣੇ ਮੁਲਕ ਦੇ ਵਿੱਚ ਆ ਬੰਦੇ ਦੀ ਤੁਸੀਂ ਵੈਲਿਊ ਲਾ ਲਓ, ਠੀਕ ਹੈ। ਹਾਲਾਂਕਿ ਉਹ ਵਿਚਾਰਾ ਇੱਕ ਵਧੀਆ ਗ੍ਰਹਿਸਥੀ 'ਚ ਪਿਆ ਸੀ, ਬੱਚੀਆਂ ਨੂੰ ਪਾਲਦਾ ਸੀ ਇੱਥੇ ਸਾਡੇ ਚੰਡੀਗੜ੍ਹ ਰੋਡ 'ਤੇ, ਜੋ ਦੱਸਦੇ ਆ ਉਹਨਾਂ ਦੇ ਪਿੰਡ ਦੇ, ਉਹ ਜੌਬ ਕਰਦਾ ਸੀ ਅਤੇ ਉਹਨਾਂ ਨੂੰ ਪਾਲਦਾ ਸੀ। ਮੈਂ ਤਾਂ ਇੱਕ ਜਸ ਤੁਰਿਆ ਜਾਂਦਾ ਸੀ, ਜਿਵੇਂ ਬੱਚੀ ਉੱਥੇ ਪਈ ਸੀ, ਪੁੱਛਿਆ ਜੀ ਉਹਦੇ ਸਕੇ ਸੰਬੰਧੀਆਂ ਨੂੰ ਕੀ ਹੋ ਗਿਆ ਵੀ ਐਕਸੀਡੈਂਟ ਹੋ ਗਿਆ। ਇੱਕ ਬੱਚੀ 6 ਸਾਲ ਦੀ ਜਿਹਦੀ ਡੈਥ ਹੋਈ ਹੈ, ਉਹਨੂੰ ਇੱਥੇ ਕੋਈ ਮੋਇਸਚਰੀ 'ਚ ਰੱਖਣ ਲਈ ਪ੍ਰਬੰਧ ਨਹੀਂ ਕੋਈ ਕਰਾ ਰਿਹਾ ਸੀ। ਪੁਲਿਸ ਵੀ ਉੱਥੋਂ ਬਕਾਇਦਾ ਆਈ, ਉਹ ਵੀ ਉਹ ਮਤਲਬ ਕਿ ਨਾ ਇੱਕ ਜਿਵੇਂ ਤੁਸੀਂ ਇਹ ਲਾ ਲਓ ਵੀ ਜਾਨਵਰ ਤੋਂ ਵਿਚਾਰੀ ਦੀ ਬਦਤਰ ਹਾਲਤ ਸੀ। ਉਹਨੂੰ ਮੈਂ ਆਪ ਖੁਦ ਚੱਕਿਆ, ਰਿਕੁਐਸਟ ਕੀਤੀ ਉੱਥੇ ਡਾਕਟਰ ਸਾਹਿਬ ਨੂੰ, ਪੁਲਿਸ ਵਾਲਿਆਂ ਨੂੰ ਵੀ ਯਾਰ ਜਿਹੜਾ ਤਾਂ ਕੁਛ ਹੋਣਾ ਸੀ ਚਲੋ ਹੋ ਗਿਆ, ਵੀ ਇਹ ਬੱਚੀ ਦੀ ਜਿਹੜੀ ਇਹਦੀ ਡੈੱਡ ਬੋਡੀ ਆ ਇਹਨੂੰ ਆਪਾਂ ਕਿਉਂ ਰੋਲ ਰਹੇ ਹਾਂ। ਅਤੇ ਉਹ ਚਲੋ ਜੀ ਕਹਿ ਕਹਾ ਕੇ ਹੋਰ ਬੰਦਿਆਂ ਨੇ ਇਕੱਠੇ ਹੋਏ ਅਤੇ ਉਹਨਾਂ ਨੇ ਪ੍ਰੈਸ਼ਰਾਈਜ਼ 'ਚ ਆ ਕੇ ਚਲੋ ਸਾਡੀ ਗੱਲ ਮੰਨੀ ਅਤੇ ਉਹਨੂੰ ਇੱਥੇ ਜਿਹੜੀ ਮੋਇਸਚਰੀ 'ਚ ਐਡਮਿਟ ਕਰਤਾ। ਅਤੇ ਇੱਕ ਉਹਦੀ ਮਦਰ ਹੈ ਬੱਚੀ ਦੀ, ਇੱਕ ਉਹਦੀ ਸਿਸਟਰ ਹੈ, ਉਹ ਹਲੇ ਇੱਥੇ ਹੀ ਹੈ, ਉਹਨਾਂ ਦਾ ਹੁਣ ਅਸੀਂ ਐਕਸਰੇ ਵਗੈਰਾ ਕਰਾ ਰਹੇ ਹਾਂ। ਬਟ ਇੱਕ ਮੇਰੀ ਬੜੀ ਜਾਣੀ ਕਿ ਮਨ ਦੁਖੀ ਵੀ ਹੋਇਆ ਜੀ, ਕਿਉਂਕਿ ਜੇ ਕਿਸੇ ਆਪਣੇ ਮੰਤਰੀ ਦੀ, ਕਿਸੇ MLA ਦੀ, ਕੋਈ ਮੋਹਦਵਾਰ ਸਰਕਾਰ ਦੇ ਨੁਮਾਇੰਦੇ ਦੀ ਬੱਚੀ ਜਾਂ ਉਹਦਾ ਪੁੱਤਰ ਇੱਦਾਂ ਹੁੰਦਾ, ਉਹਨੇ ਰੁਲਣਾ ਨਹੀਂ ਸੀ, ਸਿਰਫ ਇੱਥੇ ਗਰੀਬ ਦੀ ਧੀ ਰੁਲਦੀ। ਬੇਸ਼ੱਕ ਅੱਜ ਕਹਿੰਦੇ ਨੇ ਜੀ ਸਰਕਾਰਾਂ ਬਦਲ ਗਈਆਂ ਅਤੇ ਹਾਲਾਤ ਅੱਜ ਵੀ ਉਹੀ। ਦੇਖੋ ਸਰਕਾਰਾਂ ਬਦਲ ਗਈਆਂ, ਠੀਕ ਹੈ। ਆਹ ਮੇਰਾ ਛੋਟਾ ਵੀਰ ਹੈ ਉਸੇ ਪਿੰਡ ਦੇ ਆ, ਇਹ ਕਹਿੰਦੇ ਜੀ ਜਿਹੜੇ ਵੋਟਾਂ ਮੰਗਣ ਆਉਂਦੇ ਸੀ ਨਾ, ਅੱਜ ਉਹ ਵੀ ਨਾਲ ਨਹੀਂ ਤੁਰੇ ਵੀ ਇੱਕ ਪਿੰਡ ਦਾ ਬੰਦਾ ਵੀ ਯਾਰ ਉਹਦੇ ਪਿੱਛੇ ਕੋਈ ਹੈ ਨਹੀਂ। ਪਹਿਲਾਂ 6 ਮਹੀਨੇ ਪਹਿਲਾਂ ਉਹਦੇ ਡੈਥ ਹੋਈ ਆ ਬ੍ਰਦਰ ਦੀ, ਘਰੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ। ਮੈਂ ਤਾਂ ਇੱਕ ਹੱਥ ਬੰਨ੍ਹ ਕੇ ਸਰਕਾਰ ਨੂੰ, ਮੈਂ ਕੋਈ ਪੋਲੀਟਿਸ਼ੀਅਨ ਨਹੀਂ ਭਰਾਵੋ, ਮੈਂ ਤਾਂ ਇੱਕ ਫਾਰਮਰ ਹਾਂ, ਕਾਰੋਬਾਰੀ ਬੰਦੇ ਹਾਂ ਅਸੀਂ, ਬੇਨਤੀ ਇਹ ਕਰਦਾ ਸਰਕਾਰ ਅੱਗੇ ਵੀ ਸਭ ਤੋਂ ਜਿਹੜਾ ਜ਼ਰੂਰੀ ਕੰਮ ਆ ਨਾ ਜੀ, ਲੋਕਾਂ ਨੂੰ ਤੁਸੀਂ ਫ੍ਰੀ ਰਾਸ਼ਨ ਚਾਹੇ ਦਿਓ ਚਾਹੇ ਨਾ ਦਿਓ, ਪਰ ਇੱਕ ਇਲਾਜ ਦੇ ਲਈ ਘੱਟੋ ਘੱਟ ਜਿਹੜਾ ਐਕਸੀਡੈਂਟ ਹੁੰਦਾ ਉਹ ਜਿੱਥੇ ਬੰਦਾ ਮਰਜ਼ੀ ਲੈ ਜਾਵੇ ਹੋਸਪਿਟਲ 'ਚ ਉਹਨੂੰ ਸਾਂਭਿਆ ਜਾਵੇ। ਤੁਸੀਂ ਦੇਖੋ ਇੱਕ 6 ਸਾਲ ਦੀ ਬੱਚੀ ਚਲੀ ਗਈ, ਠੀਕ ਹੈ, ਐਕਸੀਡੈਂਟ ਆ ਜੀ ਕੀ ਹੋਊਗਾ, ਜਿਹਨੇ ਕੀਤਾ ਰੱਬ ਜਾਣੇ ਕਿੱਦਾਂ ਹੋਇਆ, ਉਹਦਾ ਤਾਂ ਕੀ ਜੀ ਜਵਾਨ ਤੋਂ ਹੋਜੂ ਮੌਕੇ 'ਤੇ, ਕੀ ਉਹਨੂੰ ਜੁਰਮਾਨਾ ਹੋਜੂ, ਪਰ ਇੱਕ ਅੱਜ ਪਰਿਵਾਰ ਜਮ੍ਹਾਂ ਹੀ ਡੁੱਬ ਗਿਆ। ਤੁਸੀਂ ਲਾ ਇੱਕ ਗਰੀਬ ਦਾ ਪਰਿਵਾਰ। ਤੁਸੀਂ ਪਿੰਡ ਦੇ ਹੋ, ਕਿਹੜਾ ਪਿੰਡ ਹੈਗਾ? ਆਪਣਾ ਹੈਗਾ ਪਿੰਡ ਲਹਾਰਾ ਜੀ, ਜ਼ਿਲ੍ਹਾ ਲੁਧਿਆਣਾ ਜੀ, ਥਾਣਾ ਡਾਬਾ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਅਮਨਦੀਪ ਸਿੰਘ। ਤੁਹਾਨੂੰ ਕਿਵੇਂ ਪਤਾ ਚੱਲਿਆ?
ਅਸੀਂ ਪਿੰਡ ਜਦੋਂ ਪਤਾ ਲੱਗਿਆ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ, ਅਤੇ ਪਿੰਡ ਦੇ ਸਾਰੇ ਇਹਨਾਂ ਦੇ ਘਰ ਗਏ ਅਤੇ ਉਹਨਾਂ 'ਤੇ ਗੱਲਬਾਤ ਹੋਈ ਅਤੇ ਚਲੋ ਪਤਾ ਲੱਗਿਆ ਵੀ ਇਹਨਾਂ ਦਾ ਐਕਸੀਡੈਂਟ ਸੁਲਤਾਨਪੁਰ ਲੋਧੀ ਹੋਇਆ, ਤਾਂ ਸਾਰਿਆਂ ਨੇ ਅਸੀਂ ਇਹਨਾਂ ਨੂੰ ਪਤਾ ਲੱਗਿਆ ਵੀ ਉੱਥੋਂ ਰੈਫਰ ਕਰਤਾ ਲੁਧਿਆਣੇ ਲਈ, ਤਾਂ ਅਸੀਂ ਸਾਰੇ ਜਾਣੇ ਜਿੰਨੇ ਵੀ ਇਕੱਠੇ ਹੋਏ 5-7 ਜਾਣੇ ਅਸੀਂ ਇੱਥੇ ਸਿਵਲ ਹੋਸਪਿਟਲ ਲੁਧਿਆਣਾ ਪਹੁੰਚੇ ਜੀ। ਅਤੇ ਸਰ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦਾ ਕੀ ਨਾਮ ਹੈ? ਉਹਨਾਂ ਨਾਲ ਸੰਦੀਪ ਸਿੰਘ ਆ ਜੀ। ਜੀ ਹਾਂਜੀ। ਅਤੇ ਬੱਚੀ ਦਾ ਨਾਮ? ਬੱਚੀ ਦਾ ਨਾਮ ਕੋਹਿਨੂਰ ਕੌਰ ਆ ਜੀ। ਹਾਂਜੀ। ਅਤੇ ਇਹ ਉਹਦਾ ਕੰਮ ਕਾਰ ਕੀ ਕਰਦੇ ਨੇ? ਕੰਮ ਕਾਰ ਉਹ ਬੌਨ ਬ੍ਰੈਡ ਦੇ ਵਿੱਚ ਕੰਮ ਕਰ ਰਿਹਾ ਸੀਗਾ ਜੀ, ਚੰਡੀਗੜ੍ਹ ਰੋਡ 'ਤੇ ਫੈਕਟਰੀ ਦੇ ਵਿੱਚ। ਹਾਂਜੀ। ਅਤੇ ਇਹੀ ਸਾਰੇ ਪਰਿਵਾਰ ਦਾ ਇਹੀ ਵੀ ਸਾਰਾ ਕੁਛ ਜਿਵੇਂ ਕਰਨਾ ਕਰਤਾ ਧਰਤਾ ਹੀ ਹਾਂ ਇਹੀ ਸੀਗਾ ਜੀ। ਹਾਂਜੀ ਹਾਂ। ਸੰਦੀਪ? ਹਾਂਜੀ ਹਾਂ ਸੰਦੀਪ ਸਿੰਘ ਜੀ। ਅਤੇ ਹੁਣ ਜਦੋਂ ਕਹਿੰਦੇ ਵੀ 4 ਹਸਪਤਾਲਾਂ 'ਚ 5 ਲਿਜਾ ਕੇ ਉਰੇ ਲੈ ਕੇ? ਹਾਂ ਇੱਥੇ ਲੈ ਕੇ ਆਏ ਨੇ ਜੀ। ਪਹਿਲਾਂ ਉਹਨਾਂ ਨੇ ਰੈਫਰ ਉੱਥੇ ਸਿਵਲ ਦੇ ਵਿੱਚ ਭੇਜਤਾ ਸਿਵਲ ਦੇ ਵਿੱਚੋਂ, ਅਤੇ ਉਦੋਂ ਬਾਅਦ ਈ ਸੀ ਹੋਸਪਿਟਲ ਲੁਧਿਆਣੇ ਉੱਥੇ ਭੇਜਿਆ, ਅਤੇ ਉਹਨਾਂ ਨੇ ਨਹੀਂ ਸਾਂਭਿਆ ਅਤੇ ਚਲੋ ਆਲਮਗੀਰ ਸਾਹਿਬ ਸ਼ਾਇਦ ਕੀ ਨਾ ਹੋਸਪਿਟਲ ਕੋਹਿਨੂਰ ਹੋਸਪਿਟਲ ਉੱਥੇ ਭੇਜਤਾ ਜੀ। ਉਹਨਾਂ ਨੇ ਵੀ ਰੈਫਰ ਉਹਨਾਂ ਨੇ ਫਿਰ ਸਿਵਲ ਦੇ ਵਿੱਚ ਰੈਫਰ ਕੀਤਾ, ਅਤੇ ਹੁਣ ਸਿਵਲ ਲੈ ਕੇ ਆਏ ਹਾਂ। ਅਤੇ ਇੱਥੇ ਸੰਦੀਪ ਦੇ ਵਿਆਹ ਨੂੰ ਕਿੰਨਾ ਕੁ ਟਾਈਮ ਹੋਇਆ ਜੀ? ਤਕਰੀਬਨ 8-9 ਸਾਲ ਹੋ ਗਏ ਹੋਣਗੇ ਜੀ। ਅੱਛਾ। ਹਾਂਜੀ। ਅਤੇ ਹੁਣ ਕਿਸੇ ਹੋਰ ਹਸਪਤਾਲ ਲੈ ਕੇ ਚੱਲੇ ਹੋ ਜਾਂ ਕਿਵੇਂ? ਨਹੀਂ ਅਜੇ ਫਿਲਹਾਲ ਇੱਥੇ ਐਕਸਰੇ ਕਰਾਉਂਦੇ ਹਾਂ, ਜੇ ਕੋਈ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਤਾਂ ਕਿਸੇ ਹੋਰ ਹਸਪਤਾਲ ਰੈਫਰ ਕਰਦੇ ਹਾਂ ਜੀ। ਹਾਂਜੀ।